ਹਾਂ ਜੀ ਜੀਰੋ ਪਪਾ ਸਵਾਗਤ ਹੈ ਆਪਣੇ ਚੈਨਲ ਦੇ ਉਤੇ ਅੱਜ ਵੀ ਤੁਹਾਨੂੰ ਕੁਝ ਪੀਪੀਆ ਟਾਈਮਲਾਈਨ ਸ਼ੇਅਰ ਕਰੂੰਗਾ ਜੋ ਕਿ ਸਪੌਸਲ ਅਪਰੋਵਡ ਦੀਆਂ ਹੋਣਗੀਆਂ ਤੇ ਐਲਐਮਆ ਦੀ ਫਿਰ ਕੋਈ ਪੀਪੀਆ ਜਿਹੜੀ ਹੈਗੀ ਅੱਜ ਮੈਨੂੰ ਨਹੀਂ ਦੇਖਣ ਨੂੰ ਮਿਲੀ ਹੈਗੀ ਤੇ ਇਹ ਕੁਝ ਪੀਪੀਆ ਨੇ ਤੁਹਾਨੂੰ ਪੋਜ਼ਿਟਿਵ ਰੱਖਣਗੇ ਆ ਤੇ ਇਹਦੇ ਵਿੱਚ ਕਦੋਂ ਉਹਨਾਂ ਦਾ ਮੈਡੀਕਲ ਪਾਸ ਹੋਇਆ ਕਦੋਂ ਅਪਡੇਟ ਹੋਇਆ ਸਾਰੀ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰੂੰਗਾ ਤੇ ਹੁਣ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਹਾਂ ਹਾਂ ਜੀ ਸਭ ਤੋਂ ਪਹਿਲੀ ਜੀ ਪੀਪੀਆ ਹੈਗੀ ਇਹਨਾਂ ਦੀ ਫਾਈਲ ਲੱਗਦੀ ਹੈ 27 ਮਾਰਚ 2021 ਨੂੰ ਬਾਇਓ ਭਾਈ ਨੂੰ ਤੇ ਪੀਪੀਆਰ ਆਉਂਦੀ ਹੈ ਇਹਨਾਂ ਨੂੰ 2 April 2022 ਮਾਦਰੀ ਅੱਜ ਦੇ ਦਿਨ ਜਿਹੜੀ ਹੈਗੀ ਆ ਇਹਨਾਂ ਨੂੰ ਇਹਨਾਂ ਦੀ ਪੀਪੀਆਰ ਮਿਲ ਚੁੱਕਿਆ ਤੇ ਨੈਕਸਟ ਜਿਹੜੀ ਇਹਨਾਂ ਦੀ ਫਾਈਲ 23 July ਨੂੰ ਲੱਗਦੀ ਇਹਨਾਂ ਦੇ ਬਿੱਟ ਦੀ ਫਾਈਲ ਲੱਗੀ ਹੋਈ ਸੀਗੀ ਤੇ ਅੱਜ ਦੇ ਦਿਨ ਇਹਨਾਂ ਨੂੰ ਵੀ ਜਿਹੜਾ ਹੈਗਾ ਇਹਨਾਂ ਦਾ ਵੀਜ਼ਾ ਮਿਲਿਆ ਤੇ ਉਹ ਲਾਸਟ ਫਾਈਲ ਆਈਡੀ ਉਹਨਾਂ ਦਾ ਵੀਜ਼ਾ ਜਿਹੜਾ ਉਹ ਨਾਈਟ ਨੂੰ ਆਇਆ ਉਹਨਾਂ ਨੇ ਉਹ ਮੈਸੇਜ ਕਰਕੇ ਦੱਸਿਆ ਤੇ ਨੈਕਸਟ ਜਿਹੜੀ ਐਪਲੀਕੇਸ਼ਨ ਹੈਗੀ ਇਹਨਾਂ ਦੀ ਫਾਈਲ ਲੱਗਦੀ ਹੈ July 18 2021 ਨੂੰ ਇਹਨਾਂ ਨੂੰ ਮੈਡੀਕਲ ਦੀ ਰਿਕੁਐਸਟ ਆਉਂਦੀ ਹੈ 16 March 2022 ਨੂੰ ਤੇ ਇਸ ਤੋਂ ਬਾਅ ਮਿਲਿਆ ਸੀਗਾ ਤੇ ਨੈਕਸਟ ਜਿਹੜੀ ਐਪਲੀਕੇਸ਼ਨ ਹੈਗੇ ਇਹਨਾਂ ਦੀ ਫਾਈਲ ਲੱਗਦੀ ਹੈ 16 ਅਕਤੂਬਰ 2021 ਨੂੰ ਬਾਇਓਮੈਟ੍ਰਿਕ ਹੁੰਦੇ ਨੇ 12 ਨਵੰਬਰ 2021 ਨੂੰ ਤੇ ਅਪਰੂਵਡ ਹੁੰਦਾ ਇਹਨਾਂ ਦਾ 1 1 April 2022 ਨੂੰ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਜਿਵੇਂ ਹੁਣ ਜਿਹੜੇ ਅਕਤੂਬਰ ਦੇ ਵੀ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ ਤੇ ਬਹੁਤ ਜਿਹੜੇ ਨਜ਼ਦੀਕ ਹੈ ਜਿਹੜੇ ਕੰਮ ਚੱਲ ਪਿਆ ਤੇ ਨੈਕਸਟ ਰਿਜ਼ਲਟ ਵੀ ਹੈਗਾ ਅਕਤੂਬਰ ਦੀ ਆ 14 ਅਕਤੂਬਰ ਦੀ ਜਿਹੜੀ ਫਾਈਲ ਲੱਗਦੀ ਹੈ ਮੈਡੀਕਲ ਆਫਰ ਫਰੰਟ ਲੱਗਿਆ ਸੀ ਇਹਨਾਂ ਦਾ ਪੀਐਫਐਸ ਮਤਲਬ ਕਿ ਬਾਇਓਮੈਟ੍ਰਿਕ ਇਹਨਾਂ ਨੇ ਕਰਵਾਏ ਸੀਗੇ 18 ਅਕਤੂਬਰ ਨੂੰ ਤੇ ਅੱਜ ਪਾਸਪੋਰਟ ਰਿਕੁਐਸਟ ਜਿਹੜੀ ਇਹਨਾਂ ਨੂੰ ਵੀ ਦੇਖਣ ਵਾਲੀ ਹੈ ਤੇ ਕਾਫੀ ਜਣੇ ਮੈਨੂੰ ਕਹਿੰਦੇ ਨੇ ਕਿ ਪੀਪੀਆਰ ਦਾ ਕੀ ਮਤਲਬ ਹੁੰਦਾ ਪੀਪੀਆਰ ਦਾ ਮਤਲਬ ਹੁੰਦਾ ਪਾਸਪੋਰਟ ਰਿਕੁਐਸਟ ਜਦੋਂ ਆਪਾਂ ਨੂੰ ਐਮਬੈਸੀ ਆਪਾਂ ਤੋਂ ਪਾਸਪੋਰਟ ਦੀ ਮੰਗ ਕਰ ਲੈਂਦੀ ਹੈ ਤਾਂ ਉਸ ਨੂੰ ਪਾਸਪੋਰਟ ਰਿਕੁਐਸਟ ਕਹਿੰਦਾ ਨੂੰ ਪਰ ਬੀਪੀਆਰ ਕਹਿੰਦੇ ਨੇ ਉਹਦੀ ਸ਼ਾਰਟ ਫਾਰਮ ਜਿਹੜੀ ਪੀਪੀਆਰ ਹੈਗੀ ਦ ਨੈਕਸਟ ਜਿਹੜੀ ਐਪਲੀਕੇਸ਼ਨ ਹੈਗੀ ਹੈ ਅਗਸਤ 19 2021 ਨੂੰ ਲੱਗਦੀ ਹੈਗੀ ਕਾਰਸਪੋਂਡਿੰਗ ਲੈਟਰ 1 April ਨੂੰ ਹੁੰਦਾ ਤੇ origignal ਪਾਸਪੋਰਟ ਰਿਕਵੈਸਟ ਵੀ ਜਿਹੜੀ ਹੈਗੀ ਆ ਉਹ 1 April ਨੂੰ ਆਉਂਦੀ ਹੈਗੀ ਤੇ ਨੈਕਸਟ ਜਿਹੜੀ ਐਪਲੀਕੇਸ਼ਨ ਹੈਗੀ ਆ 15 ਨਵੰਬਰ 2021 ਨੂੰ ਬਾਇਓ ਮੈਡੀਕਲ ਅਪਡੇਟ ਹੁੰਦਾ 14 ਫਬ 2022 ਨੂੰ ਰਿਵਿਊ ਸਟਾਰਟ ਹੁੰਦਾ ਫਸਟ ਵੀਕ ਆਫ ਮਾਰਚ ਹਨ ਤੇ ਪੀਪੀਆਰ ਜਿਹੜੀ ਇਹਨਾਂ ਨੂੰ ਰਿਕੁਐਸਟ ਆਉਂਦੀ ਹੈ ਕੈਨੇਡੀਅਨ ਟਾਈਮ ਦੇ ਵਿੱਚ ਤੇ 31 ਮਾਰਚ ਨੂੰ 2 30 ਪੀਐਮ ਦੇ ਉੱਤੇ ਕੈਨੇਡਾ ਦੇ ਟਾਈਮ ਦੇ ਉੱਤੇ ਜਿਹੜੀ ਹੈਗੀ 31 ਤਰੀਕ ਨੂੰ ਜਿਹੜੀ ਹੈਗੀ ਹੈ ਇਹਨਾਂ ਨੂੰ ਇਹਦੀ ਪੀਪੀਆਰ ਦੇਖਣ ਨੂੰ ਮਿਲ ਚੁੱਕਿਆ ਤੇ ਨੈਕਸਟ ਜਿਹੜੀ ਐਪਲੀਕੇਸ਼ਨ ਹੈਗੀ ਅਗਸਤ 2019 ਜਿਹੜੀ ਫਾਈਲ ਲੱਗਦੀ ਹੈ ਬਾਇਓਮੈਟ੍ਰਿਕ ਹੁੰਦੇ ਨੇ ਸਤੰਬਰ 13 ਨੂੰ ਮੈਡੀਕਲ ਅਪਡੇਟ ਹੁੰਦਾ ਇਹਨਾਂ ਦਾ ਫੈਬ 10 ਨੂੰ ਰ ਤੇ ਇਹ ਕੁਝ ਪੀਪੀਆਰਸ ਟਾਈਮਲਾਈਨਸ ਨੇ ਜਿਹੜੀਆਂ ਸਪੌਂਸਰ ਲੋਪ ਮਣਦੀਆਂ ਮੇਰੇ ਨਾਲ ਸ਼ੇਅਰ ਹੋਈਆਂ ਸੀ ਜੁੱਟਣਾ ਸ਼ੇਅਰ ਕਰਨੀਆਂ ਸੀਗੀਆਂ ਤਾਂ ਮੈਂ ਸਮਝਦਾ ਕਿ ਤੁਹਾਨੂੰ ਇਸ ਦੇ ਨਾਲ ਥੋੜੀ ਬਹੁਤੀ ਹੈਲਪ ਹੋਣੀ ਹੋਊਗੀ ਕਿੱਥੇ ਤੱਕ ਰਿਜ਼ਲਟ ਪਹੁੰਚੇ ਨੇ ਤੇ ਕਿਵੇਂ ਜਿਹੜਾ ਕੰਮ ਇਸ ਚੰਦੇ ਤੇ ਚੱਲ ਰਿਹਾ ਤਾਂ ਇਹ ਪੰਜ ਸੱਤ ਈਡੀਆਂ ਪੀਪੀਆਰ ਮੇਰੇ ਨਾਲ ਸ਼ੇਅਰ ਹੋਈਆਂ ਸੀਗੀਆਂ ਤੇ ਬਾਕੀ ਜਦੋਂ ਵੀ ਮੇਰੇ ਨਾਲ ਕੁਝ ਹੋਰ ਪੀਪੀਆਰ ਡਾਟਾ ਮੇਂ ਸ਼ੇਅਰ ਹੁੰਦੇ ਨੇ ਤਾਂ ਤੁਹਾਡਾ ਜਰੂਰ ਸ਼ੇਅਰ ਕਰੂੰਗਾ ਤਾਂ ਦਿੱਟਣਾ ਇਹ ਇਨਫੋਰਮੇਸ਼ਨ ਸ਼ੇਅਰ ਕਰਨੇ ਸੀ ਇਹ ਪੀਪੀਆਰ ਡਾਟਾ ਮੇਂ ਸ਼ੇਅਰ ਕਰਨੇ ਸੀਗਾ ਜੇਕਰ ਤੁਹ